ਅੱਜ ਦੀ ਕਹਾਣੀ ਇੱਕ ਔਰਤ ਦੀ ਹੈ ਜਿਹੜੀ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਸੀ। ਹਰ ਰੋਜ਼ ਇੱਕ ਨਵੀਂ ਮੁਸ਼ਕਲ ਆ ਰਹੀ ਸੀ। ਭੈਣ ਭਰਾਵਾਂ ਨੇ ਸਾਥ ਛੱਡਤਾ, ਚੰਗੇ ਭਲੇ ਦੁਸ਼ਮਣ ਬਣ ਚੁੱਕੇ ਸੀ। ਅਤੇ ਸੋਚੀ ਜਾਂਦੀ ਐਸੀ ਜ਼ਿੰਦਗੀ ਤੋਂ ਕਰਾਉਣਾ ਕੀ ਹੈ, ਇਉਂ ਲੱਗਦਾ ਜਿਵੇਂ ਸਾਰਿਆਂ ਦੀਆਂ ਮੁਸ਼ਕਲਾਂ ਇਕੱਠੀਆਂ ਕਰਕੇ ਮੇਰੇ ਹਿੱਸੇ ਆ ਗਈਆਂ ਹੋਣ। ਸੋਚ ਸੋਚ ਕੇ ਨਾ ਪਾਰਕ 'ਚ ਬਹਿ ਕੇ ਉੱਚੀ ਉੱਚੀ ਰੋਣ ਲੱਗ ਗਈ। ਉੱਥੋਂ ਦੇ ਕੋਈ ਬਜ਼ੁਰਗ ਨਿਕਲਿਆ, ਉਹਨੂੰ ਪੁੱਛਣ ਲੱਗਿਆ ਵੀ ਬੇਟਾ ਕੀ ਹੋ ਗਿਆ ਤੈਨੂੰ, ਫੁੱਟ ਪਏ ਫਿਰ ਰੋਣ ਲੱਗ ਗਈ। ਦੱਸਿਆ ਉਹਨੂੰ ਵੀ ਕਿੱਦਾਂ ਮੇਰੀ ਜ਼ਿੰਦਗੀ ਜਿਹੜੀ ਉਹ ਬਹੁਤ ਹੀ ਮੁਸ਼ਕਲ 'ਚ ਹੈ, ਸਭ ਆਪਣੇ ਸਾਥ ਛੱਡ ਗਿਆ, ਜਿਨ੍ਹਾਂ ਲਈ ਕੀਤਾ ਬਸ ਉਹ ਪਰਾਈ ਹੋ ਗਈ, ਅੱਜ ਮੈਂ ਕਿਸੇ ਦੀ ਕੁਛ ਨਹੀਂ ਲੱਗਦੀ। ਉਹ ਬਜ਼ੁਰਗ ਕਹਿੰਦਾ ਇਹ ਤੇਰੀ ਇਕੱਲੇ ਦੀ ਕਹਾਣੀ ਨਹੀਂ, ਸਭ ਦੀ ਕਹਾਣੀ ਹੈ। ਜੇ ਤੈਨੂੰ ਫਿਰ ਵੀ ਲੱਗਦਾ ਵੀ ਤੈਨੂੰ ਤੇਰੀ ਤਕਲੀਫ ਕਿਸੇ ਹਿਸਾਬ ਨਾਲ ਘੱਟ ਹੋ ਸਕਦੀ ਹੈ, ਤਾਂ ਤੂੰ ਅੱਜ ਜੰਗਲ ਦੇ ਬਾਹਰ ਇੱਕ ਕੁਟੀਆ ਦੇ ਵਿੱਚ ਨਾ ਇੱਕ ਸਾਧਵੀ ਰਹਿੰਦੀ ਹੈ, ਉਹਦੇ ਕੋਲ ਜਾ ਕੇ ਆ, ਵੇਖ ਕਹਿੰਦਾ ਉਹ ਆਪਦੇ ਜੀਵਨ ਨੂੰ ਕਿਵੇਂ ਬਤੀਤ ਕਰਦੀ ਹੈ, ਉਹਦੇ ਨਾਲ ਰਹਿ ਕੇ ਸ਼ਾਇਦ ਤੈਨੂੰ ਕੋਈ ਫਰਕ ਪਵੇ। ਉਹ ਔਰਤ ਸ਼ਾਮ ਤੱਕ ਪਹੁੰਚ ਜਾਂਦੀ ਹੈ ਉੱਥੇ, ਸਾਧਵੀ ਨੂੰ ਦੱਸਦੀ ਹੈ। ਸਾਧਵੀ ਕੁਛ ਨਹੀਂ ਬੋਲਦੀ, ਕੋਈ ਉਹਨੂੰ ਸਲਾਹ ਨਹੀਂ ਦਿੰਦੀ। ਦੋ ਤਿੰਨ ਦਿਨ ਰਹਿਣ ਤੋਂ ਬਾਅਦ 'ਚ ਇੱਕ ਦਿਨ ਉਹ ਔਰਤ ਪਾਣੀ ਦਾ ਗਲਾਸ ਭਰ ਕੇ ਪੀਣ ਲੱਗਦੀ ਹੈ ਅਤੇ ਸਾਧਵੀ ਉਹਨੂੰ ਕਹਿੰਦੀ ਰੁੱਕ ਚੱਲ, ਇੱਕ ਚਮਚਾ ਨਾ ਇਹ 'ਚ ਸੋਲਟ ਪਾ ਲਾ, ਨਮਕ ਪਾ ਲਾ। ਉਹ ਬਹੁਤ ਹੈਰਾਨ ਹੋ ਜਾਂਦੀ ਹੈ। ਇੱਕ ਨਮਕ ਪਾਉਣ ਨਾਲ ਘੋਲ ਕੇ ਕਹਿੰਦੀ ਹੁਣ ਪੀ ਲਾ, ਕਿਹੋ ਜਿਹਾ ਸਵਾਦ ਸੀ? ਕਹਿੰਦੀ ਬਹੁਤ ਹੀ ਬੇਕਾਰ, ਬਹੁਤ ਹੀ ਕੌੜਾ ਹੋ ਗਿਆ, ਬਹੁਤ ਜ਼ਿਆਦਾ ਸੋਲਟੀ ਹੋ ਗਿਆ। ਠੀਕ ਹੈ, ਕਹਿੰਦੀ ਕੁਛ ਨਹੀਂ ਬੋਲਦੀ। ਦੋ ਤਿੰਨ ਦਿਨ ਫਿਰ ਨਿਕਲ ਜਾਂਦੇ ਆ। ਇੱਕ ਦਿਨ ਉਹਨੂੰ ਨਾਲ ਟਹਿਲਣ ਲੈ ਜਾਂਦੇ ਆ ਨਦੀ ਦੇ ਕਿਨਾਰੇ। ਕਹਿੰਦੀ ਸੋਲਟ ਚੱਕ ਲਾ ਨਾਲ। ਟਹਿਲਦੇ ਟਹਿਲਦੇ ਕਹਿੰਦੀ ਨਦੀ ਦੇ ਵਿੱਚ ਇੱਕ ਚਮਚਾ ਕਹਿੰਦੀ ਪਾਣੀ ਨਮਕ ਦਾ ਪਾ ਦੇ, ਪਾ ਦਿੰਦੀ ਆ ਉਹ। ਕਹਿੰਦੀ ਹੁਣ ਇਹ 'ਚੋਂ ਗਲਾਸ ਭਰ ਕੇ ਪੀ ਕੇ ਦੇਖ ਕਿਹੋ ਜਿਹਾ ਸਵਾਦ ਆ। ਕਹਿ ਰਹੀ ਕੋਈ ਸਵਾਦ ਨਹੀਂ, ਕੋਈ ਸੋਲਟ ਦਾ ਸਵਾਦ ਨਹੀਂ ਆਇਆ। ਫਿਰ ਉਹਨੂੰ ਸਮਝਾਉਂਦੀ ਆ ਵੀ ਜਿਹੜਾ ਦਰਦ ਹੈ ਨਾ ਜ਼ਿੰਦਗੀ 'ਚ, ਉਹ ਸੇਮ ਲੂਣ ਵਰਗਾ, ਸੋਲਟ ਵਰਗਾ, ਉਹਦੀ ਅਮਾਊਂਟ ਸੇਮ ਹੀ ਰਹਿੰਦੀ ਹੈ, ਉਹਦੀ ਮਾਤਰਾ ਬਿਲਕੁਲ ਉਹਨੂੰ ਹੀ ਰਹਿੰਦੀ ਹੈ, ਪਰ ਡਿਪੈਂਡ ਕਰਦਾ ਵੀ ਸਾਨੂੰ ਦਰਦ ਮਹਿਸੂਸ ਕਿੰਨਾ ਹੁੰਦਾ ਇਸ ਗੱਲ 'ਤੇ ਕਿ ਅਸੀਂ ਆਪਣੀ ਸੋਚ ਦਾ ਦਾਇਰਾ ਕਿੱਡਾ ਰੱਖਦੇ ਹਾਂ। ਇੱਕ ਗਲਾਸ ਵਰਗਾ ਰੱਖਦੇ ਹਾਂ, ਸਾਰਾ ਦਿਨ ਦਰਦ ਦਰਦ ਸੋਚਦੇ ਹਾਂ, ਉਹੀ ਮੁਸ਼ਕਲ ਬਾਰੇ ਸੋਚਦੇ ਹਾਂ, ਜਾਂ ਅਸੀਂ ਚੰਗੀਆਂ ਚੀਜ਼ਾਂ ਵੀ ਜ਼ਿੰਦਗੀ 'ਚ ਜਿਹੜੀਆਂ ਮਿਲੀਆਂ ਉਹਨਾਂ ਬਾਰੇ ਵੀ ਸੋਚਦੇ ਹਾਂ। ਨਦੀ ਦਾ ਦਾਇਰਾ ਬਹੁਤ ਵੱਡਾ, ਉਹ ਸਿਰਫ ਲੂਣ 'ਤੇ ਫੋਕਸ ਨਹੀਂ ਕਰ ਰਹੇ, ਬਹੁਤ ਵੱਡੀ ਮਾਤਰਾ ਉਹਦੀ, ਉਹਦਾ ਵੋਲੀਅਮ ਬਹੁਤ ਵੱਡਾ। ਗਲਾਸ ਦਾ ਵੋਲੀਅਮ ਬਹੁਤ ਛੋਟਾ, ਉਹ ਲੂਣ ਜਿਹੜਾ ਹੈਗਾ ਉਹ ਪੂਰੇ 'ਚ ਘੁਲ ਗਿਆ, ਉਹ 'ਤੇ ਫੋਕਸ ਹੋ ਰਿਹਾ। ਜੇ ਅਸੀਂ ਸਾਰਾ ਦਿਨ ਦਰਦ ਦਰਦ ਕਰੀ ਜਾਵਾਂਗੇ, ਇੱਕੋ ਤਕਲੀਫ ਨੂੰ ਯਾਦ ਰੱਖਦੇ ਹਾਂ, ਤਾਂ ਉਹ ਤਕਲੀਫ ਬਹੁਤ ਵੱਡੀ ਬਣ ਜਾਂਦੀ ਹੈ। ਪਰ ਜੇ ਅਸੀਂ ਆਪਣੀ ਸੋਚ ਦਾ ਦਾਇਰਾ ਥੋੜ੍ਹਾ ਜਿਹਾ ਵਧਾ ਦਈਏ, ਸਾਡੀ ਜ਼ਿੰਦਗੀ 'ਚ ਕੁਛ ਚੰਗੇ ਲੋਕ ਵੀ ਹੁੰਦੇ ਨੇ, ਕੁਛ ਚੰਗੀਆਂ ਚੀਜ਼ਾਂ ਵੀ ਹੋਈਆਂ ਨੇ ਜ਼ਿੰਦਗੀ 'ਚ ਪਾਸਟ 'ਚ, ਉਹਨਾਂ ਬਾਰੇ ਸੋਚੋ। ਸੋਚੋ ਜਦੋਂ ਪਹਿਲਾ ਐਗਜ਼ਾਮ ਪਾਸ ਹੋਇਆ ਸੀ ਕਿੰਨੇ ਖੁਸ਼ ਸੀ, ਪਹਿਲੀ ਗੱਡੀ ਲਈ ਸੀ ਜਾਂ ਪਹਿਲਾਂ ਸਾਈਕਲ ਲਿਆ ਸੀ, ਪਹਿਲਾਂ ਖਿਡੌਣਾ ਮਿਲਿਆ ਸੀ, ਉਹ ਅਸੀਂ ਖੁਸ਼ੀਆਂ ਨੂੰ ਬਹੁਤ ਛੇਤੀ ਭੁੱਲ ਗਏ। ਫਿਰ ਇੱਕ ਘਰ ਬਣਾ ਲਿਆ, ਉਹਨੂੰ ਵੀ ਅਸੀਂ ਭੁੱਲ ਗਏ ਹਾਂ। ਫਿਰ ਸਾਨੂੰ ਇੱਕ ਹੀ ਤਕਲੀਫ ਯਾਦ ਰਹਿ ਜਾਂਦੀ ਹੈ,
ਕਿਉਂਕਿ ਅਸੀਂ ਬਹੁਤ ਫੋਕਸਡ ਹੁੰਦੇ ਹਾਂ ਉਹ 'ਤੇ, ਇੱਕੋ ਤਕਲੀਫ਼ ਬਾਰੇ ਸੋਚਦੇ ਹਾਂ, ਕਿਸੇ ਨੇ ਧੋਖਾ ਦਿੱਤਾ ਉਹਦੇ ਬਾਰੇ ਹੀ ਸੋਚ ਜਾਂਦੇ ਹਾਂ, ਜ਼ਿੰਦਗੀ 'ਚ ਤਕਲੀਫ਼ ਵੱਧ ਜਾਂਦੀ ਹੈ। ਮੈਨੂੰ ਇਹ ਕਹਾਣੀ ਬਹੁਤ ਪਿਆਰੀ ਲੱਗੀ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਹੋਪ ਕਿ ਕਿਸੇ ਨੂੰ ਹੈਲਪ ਕਰ ਸਕਦੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਜਸਵੀਰ ਕੌਰ ਅਤੇ ਤੁਸੀਂ ਵੇਖ ਰਹੇ ਹੋ ਜੇ ਤਾਲੀਵਾਲ ਟੋਕਸ। ਜੇ ਤੁਹਾਨੂੰ ਮੇਰੀਆਂ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਜੇ ਤਾਲੀਵਾਲ ਟੋਕਸ ਨੂੰ ਫੋਲੋ ਕਰ ਸਕਦੇ ਹੋ ਯੂਟਿਊਬ, ਇੰਸਟਾਗ੍ਰਾਮ, ਟਿਕਟੋਕ 'ਤੇ। ਹਰ ਹਫ਼ਤੇ ਇੱਕ ਨਵੀਂ ਸਟੋਰੀ ਸੁਣਨ ਲਈ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ।